ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਪ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋਣ ਤੇ ਬੋਲਦਾ ਕਿਹਾ ਹੈ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਏਗਾ ਕਿ ਸਭ ਤੋਂ ਛੋਟੀ ਵਿਧਾਨ ਸਭਾ ਵਿੱਚ ਸਭ ਤੋਂ ਜ਼ਿਆਦਾ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਪਟਿਆਲਾ ਦੇ ਮੇਅਰ ਬਣਨ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਚੁਟਕੀ ਲਈ ਹੈ। ਮਾਤ ਭਾਗੋ ਲੱਖਾਂ ਦਾ ਮਾਲ ਸੀ ਪਰ ਭਾਈ ਗੁਰੂ ਕੀ ਬਾਣੀ 'ਚ ਸੋਚ ਹੈ, ਇਹਨੂੰ ਕਹਿੰਦੇ ਵੈਸ਼ ਬਿਰਤੀ ਮਨੂ ਸਿਮਰਤੀ ਮੁਤਾਬਕ ਦੀ ਖੱਡੀ ਦਾ ਮਾਸ ਪਿਆ ਉੱਥੇ। ਆਪ ਆਦਮੀ ਪਾਰਟੀ ਦੇ ਇਹਨਾਂ ਦੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਡਿਸਕੁਆਲੀਫਿਕੇਸ਼ਨ ਹੋਈ ਹੈ। ਅਸੀਂ ਤਾਂ ਦੇਖੀਏ ਇਹ ਭਾਂਤ ਭਾਂਤ ਦੀ ਲੱਕੜ ਇਹਨਾਂ ਨੇ ਇਕੱਠੀ ਕਰੀ ਹੈ, ਕੋਈ ਡਿਸਿਪਲਿਨ ਨਹੀਂ, ਕੋਈ ਗੁਰ ਨਹੀਂ, ਕੋਈ ਪੀਰ ਨਹੀਂ। ਅਤੇ ਦੇਖੋ ਹਾਲੇ ਸਰਕਾਰ ਨੂੰ 5 ਸਾਲ ਵੀ ਨਹੀਂ ਹੋਏ, ਹੜਪਣੇ 5 ਸਾਲ ਤੋਂ ਪਹਿਲਾਂ ਕਿੰਨੇ ਪਰਚੇ ਦਰਜ ਹੋਏ ਨੇ, ਕਿੰਨੇ ਬੰਦੇ ਡਿਸਕੁਆਲੀਫਾਈਡ। ਮੇਰਾ ਖਿਆਲ ਹੈ ਵੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣਾ ਹੈ। ਇਕੱਲੇ ਮੇਅਰ ਦਾ ਕੈਂਡੀਡੇਟ ਨਹੀਂ, ਇਹਨਾਂ ਨੂੰ ਮੰਤਰੀ ਨਹੀਂ ਮਿਲ ਰਹੇ। ਇਹਨਾਂ ਦੇ ਵਿੱਚ ਦੇਖੋ ਕਹਿਣਾ ਨਹੀਂ ਚਾਹੀਦਾ, ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ। ਇਹਨਾਂ ਦੇ ਡਿਸੀਜਨ ਪਹਿਲੇ ਦੇ, ਇਹਨਾਂ ਨੂੰ 18 ਦੇ 18 ਮੰਤਰੀ ਪਹਿਲੇ ਦੇ ਬਣਾਉਣੇ ਚਾਹੀਦੇ ਸੀ, ਉਹ ਅੱਜ ਤੱਕ ਇਹਨਾਂ ਦੀ ਕੈਬਨਿਟ